ਫਿਲਮਸ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ਾਰਟ ਵਿਦ ਸਟਾਰਸ ਦੇ ਵਿੱਚ ਅਸੀਂ ਤੁਹਾਨੂੰ ਹਮੇਸ਼ਾ ਮਿਲਾਉਂਦੇ ਹਾਂ ਬਾਲੀਵੁੱਡ ਦੇ ਇੱਕ ਸਿਤਾਰੇ ਦੇ ਨਾਲ, ਤੇ ਅੱਜ ਜਿਹੜੇ ਸਾਡੇ ਨਾਲ ਬੈਠੇ ਨੇ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ ਲਿਖਾਵਟ ਤੋਂ। ਇਹਨਾਂ ਦੀ ਸੋਹਣੀ ਲਿਖਾਵਟ ਇਹਨਾਂ ਨੂੰ ਡਾਇਰੈਕਸ਼ਨ ਦੀ ਰਾਹ ਤੇ ਲੈ ਆਈ ਹੈ, ਤੇ ਇਹਨਾਂ ਨੇ ਹਾਲ ਹੀ ਦੇ ਵਿੱਚ ਆਪਣੀ ਮੂਵੀ ਡਾਇਰੈਕਟ ਕੀਤੀ ਹੋਈ ਮੂਵੀ ਕਿਸਮਤ ਦੇ ਲਈ ਵੀ ਆਪਣਾ ਬੈਸਟ ਡੈਬਿਊ ਡਾਇਰੈਕਟਰ ਦਾ ਅਵਾਰਡ ਜਿੱਤਿਆ। ਸਾਡੇ ਨਾਲ ਬੈਠੇ ਨੇ ਜਗਦੀਪ ਸਿੰਘ ਸਿੱਧੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਨਰਵਸ ਹੈ, ਐਕਸਾਈਟਿਡ ਹੋ ਸ਼ਾਰਟਸ ਵੇਖ ਕੇ? ਐਕਸਾਈਟਿਡ ਹੈ ਜੀ। ਤੇ ਸ਼ਾਇਦ ਤੁਸੀਂ ਪਹਿਲਾਂ ਕਿਹਾ ਸੀ ਕਿ ਮੈਂ ਇੱਕ ਵੀ ਸ਼ਾਟ ਨਹੀਂ ਪੀਵਾਂਗਾ, ਹੈਨਾ? ਅਸੀਂ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਹਾਂ ਕਿ ਇਹਨਾਂ ਨੇ ਕਿਹਾ ਹੈ ਕਿ ਇੱਕ ਵੀ ਸ਼ਾਟ ਨਹੀਂ ਪੀਣਗੇ, ਤੇ ਸ਼ਾਟ ਤੋਂ ਬਚ ਸਕਦੇ ਨੇ ਮੇਰੇ ਕੁਐਸਚਨ ਦਾ ਓਨੈਸਟੀ ਦੇ ਨਾਲ ਰਿਪਲਾਈ ਕਰਕੇ। ਕਰੀਏ ਫਿਰ ਸ਼ੁਰੂ? ਹਾਂਜੀ। ਸ਼ੋ ਦਾ ਫਾਰਮੈਟ ਦੱਸ ਦਿੰਦੇ ਹਾਂ, ਮੈਂ ਤੁਹਾਨੂੰ ਕੁਐਸਚਨਸ ਪੁੱਛਾਂਗੀ, ਤੁਸੀਂ ਉਹਦਾ ਆਨਸਰ ਕਰਨਾ ਓਨੈਸਟੀ ਦੇ ਨਾਲ। ਜੇ ਉਸ ਕੁਐਸਚਨ ਦਾ ਕੋਈ ਆਨਸਰ ਨਹੀਂ ਹੈ ਜਾਂ ਉਸ ਕੁਐਸਚਨ ਦਾ ਆਨਸਰ ਤੁਸੀਂ ਨਹੀਂ ਦੇਣਾ ਚਾਹੁੰਦੇ ਤੇ ਖਿੱਚਣਾ ਪਊਗਾ ਸ਼ਾਟ। ਠੀਕ ਹੈ। ਠੀਕ ਹੈ, ਤੇ ਸ਼ਾਟ ਵੀ ਦੱਸ ਦਿੰਦੇ ਹਾਂ, ਤੁਸੀਂ ਪਹਿਲਾਂ ਹੀ ਸ਼ਾਟ ਰੱਖ ਲਿਆ, ਸ਼ਾਟ ਵੀ ਦੱਸ ਦਿੰਦੇ ਹਾਂ। ਆ ਜਿਹੜੇ ਸ਼ਾਟ ਹੈ ਉਹ ਨੀਮ ਤੇ ਕਰੇਲੇ ਦੇ ਆ। ਠੀਕ ਹੈ। ਤੁਹਾਡਾ ਪਹਿਲਾ ਸਵਾਲ, ਐਮਏ ਵਰ ਕੀ ਹੈ? ਸਰਗੁਣ ਮਹਿਤਾ। ਐਮਏ ਵਰ ਸਰਗੁਣ ਮਹਿਤਾ ਕਿਉਂ ਨਹੀਂ? ਐਮਏ ਮੇਰੇ ਨਾਲ ਬਹੁਤ ਸਾਲਾਂ ਤੋਂ ਹੈ ਐਕਚੁਅਲੀ, ਮਨਾ ਐਮਏ ਸਰਗੁਣਾ ਐਕਸਪੈਕਟ ਨਹੀਂ ਕਰੂਗੀ ਕਦੇ ਵੀ। ਕਿਸਮਤ ਜਾਂ ਛੜਾ? ਕਿਸਮਤ। ਛੜਾ ਤੇ ਤੁਹਾਡੀ ਹਾਲੇ ਨਵਾਂ ਪ੍ਰੋਜੈਕਟ ਹੈ ਨਾ, ਤੇ ਛੜਾ ਕਿਉਂ ਨਹੀਂ? ਕਿਸਮਤ ਐਕਚੁਅਲੀ ਮੇਰਾ ਪਹਿਲਾ ਪ੍ਰੋਜੈਕਟ ਹੈ ਨਾ ਜਿੱਥੋਂ ਮੈਂ ਬਣਿਆ। ਚਲੋ, ਸੋ ਕਿਸਮਤ। ਤੁਹਾਡੇ ਨੈਕਸਟ ਪ੍ਰੋਜੈਕਟ ਦੇ ਲਈ ਤੁਸੀਂ ਇੱਕ ਆਰਟਿਸਟ ਨੂੰ ਨਹੀਂ ਸਿਲੈਕਟ ਕਰ ਸਕਦੇ। ਠੀਕ ਹੈ, ਮੈਂ ਤੁਹਾਨੂੰ ਆਪਸ਼ਨਸ ਦੇਵਾਂਗੀ, ਤੁਸੀਂ ਉਸ ਚੋਂ ਸਿਲੈਕਟ ਕਰਨਾ। ਤਾਨੀਆ, ਐਮ ਏ ਵਿਰਕ, ਨੀਰੋ ਬਾਜਵਾ, ਸਰਗੁਣ ਮਹਿਤਾ, ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਦਿਲਜੀਤ। ਇੱਕ ਬੰਦੇ ਨੂੰ ਨਹੀਂ ਸਿਲੈਕਟ ਕਰਨਾ? ਹਾਂ, ਤੇ ਤੁਸੀਂ ਸੋਚ ਲਓ, ਫੋਨ ਵੀ ਆਣਾ ਤੁਹਾਨੂੰ। ਦਿਲਜੀਤ ਦਸਾਂ, ਨੀਰੋ ਬਾਜਵਾ, ਨਿਰਮਲ ਰਿਸ਼ੀ, ਸੋਨਮ ਬਾਜਵਾ, ਤਾਨੀਆ, ਐਮੀ। ਚਲ ਪਹਿਲਾ ਸ਼ਾਟ ਵਧੀਆ। ਚਲ ਅਗਲੇ ਕੁਐਸਚਨ ਜਾਣੇ ਆ, ਤਾਨੀਆ ਜਾਂ ਗੁਰਨਾਮ? ਤਾਨੀਆ। ਗੁਰਨਾਮ ਕਿਉਂ ਨਹੀਂ? ਅਗੇਨ ਕਿਉਂਕਿ ਮੈਂ ਤਾਨੀਆ ਨਾਲ ਦੋ ਤਿੰਨ ਫਿਲਮਾਂ ਕੀਤੀਆਂ ਹਨਾ, ਅਗਲੀ ਫਿਲਮ ਵੀ ਉਹਦੇ ਨਾਲ ਕਰ ਰਿਹਾ, ਸੋ ਤਾਨੀਆ। ਤੇ ਮਤਲਬ ਜਿਹਦੇ ਨਾਲ ਕੰਮ ਕੀਤਾ ਤੁਸੀਂ ਉਹਨੂੰ ਸਿਲੈਕਟ ਕਰੋਗੇ ਹਮੇਸ਼ਾ? ਨਹੀਂ, ਮਤਲਬ ਜਿਹਦੇ ਉਹਦੇ ਨਾਲ ਮੇਰੀ ਬੌਂਡਿੰਗ ਜ਼ਿਆਦਾ ਵਧੀਆ। ਲਾਈਮਲਾਈਟ ਔਰ ਬੈਕਫੁੱਟ? ਲਾਈਮਲਾਈਟ ਔਰ ਬੈਕਫੁੱਟ। ਲਾਈਮਲਾਈਟ। ਲਾਈਮਲਾਈਟ। ਪਰ ਹਾਲੇ ਤੱਕ ਤੁਸੀਂ ਲਾਈਮਲਾਈਟ ਦੇ ਵਿੱਚ ਵਿਖੇ ਨਹੀਂ। ਹਾਂ, ਬਟ ਸਟਿਲ ਲਾਈਮਲਾਈਟ। ਚਲੋ, ਫੈਮਿਲੀ ਔਰ ਵਰਕ? ਦੂਜਾ ਸ਼ਾਟ। ਤੁਸੀਂ ਕਹਿ ਰਹੇ ਸੀ ਕਿ ਤੁਸੀਂ ਇੱਕ ਵੀ ਸ਼ਾਟ ਨਹੀਂ ਖਿੱਚੋਗੇ। ਰੀਅਲ ਲਾਈਫ ਸਟੋਰੀਜ਼ ਔਰ ਫਿਕਸ਼ਨਲ ਸਟੋਰੀਜ਼? ਰੀਅਲ ਲਾਈਫ ਸਟੋਰੀਜ਼। ਰੀਅਲ ਲਾਈਫ ਸਟੋਰੀਜ਼। ਗੁੱਡੀਆਂ ਜਾਂ ਪਟੋਲੇ? ਗੁੱਡੀਆਂ। ਪਟੋਲੇ ਕਿਉਂ ਨਹੀਂ? ਨਹੀਂ, ਗੁੱਡੀਆਂ, ਮੈਨੂੰ ਗੁੱਡੀਆਂ ਜ਼ਿਆਦਾ ਪਸੰਦ ਹੈ। ਅੱਛਾ, ਇੱਕ ਵਧੀਆ ਵਿਆਹ, ਇੱਕ ਸਕਸੈਸਫੁਲ ਵਿਆਹ ਝੂਠਾਂ ਦੇ ਨਾਲ ਜਾਂ ਫਿਰ ਡਿਵੋਰਸ ਇੱਕ ਸੱਚ ਦੇ ਨਾਲ? ਡਿਵੋਰਸ ਇੱਕ ਸੱਚ ਦੇ ਨਾਲ। ਇੱਕ ਸਕਸੈਸਫੁਲ ਵਿਆਹ ਨਹੀਂ। ਪਰ ਕਹਿੰਦੇ ਨੇ ਕਿ ਜਿਹੜਾ ਜਿਹੜਾ ਝੂਠ ਕਿਸੇ ਦੇ ਵਧੀਆ ਦੇ ਲਈ ਬੋਲਿਆ ਹੋਇਆ ਝੂਠ ਨਹੀਂ ਹੁੰਦਾ। ਨਹੀਂ, ਪਰ ਵਿਆਹ ਇੱਕ ਇਹੋ ਜਿਹੀ ਚੀਜ਼ ਹੈ ਜੇ ਤੁਹਾਨੂੰ ਉਹਨੂੰ ਖਿੱਚਣ ਲਈ ਝੂਠ ਬੋਲਣੇ ਪੈਣ ਤਾਂ ਫਾਇਦਾ ਨਹੀਂ ਹੈ, ਡਿਵੋਰਸ ਲੈ ਲਓ। ਕਿਸ ਦੀ ਲਿਖਾਵਟ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ? ਅਮਰਦੀਪ ਸਿੰਘ, ਜਸ ਗਰੇਵਾਲ ਜਾਂ ਗੁਰਪ੍ਰੀਤ ਭਲੇੜੀ? ਅਮਰਦੀਪ ਸਿੰਘ। ਬੀ ਪਰਾਗ ਜਾਂ ਜਾਨੀ? ਜਾਨੀ। ਬੀ ਪਰਾਗ ਦਾ ਹਾਲੀ ਦੇ ਵਿੱਚ ਗਾਣਾ ਹੈ ਤੇਰੀ ਮਿੱਟੀ, ਕਾਫੀ ਪਸੰਦ ਆਇਆ। ਨਹੀਂ, ਬੀ ਦੋਨੇ ਵਧੀਆ ਹੈ, ਬਟ ਜਾਨੀ। ਤੁਸੀਂ ਜਦੋਂ ਐਮੀ ਨਾਲ ਬਹਿੰਦੇ ਹੋ ਤੇ ਕਿਹਦਾ ਨਾਮ ਹਿੱਟ ਲਿਸਟ ਵਿੱਚ ਹੁੰਦਾ ਹੈ, ਕਿਹਦੇ ਬਾਰੇ ਗੌਸਿਪ ਕਰਦੇ ਹੋ? ਐਮੀ ਵਿਰਕ ਹੁੰਦੇ ਆ, ਅਸੀਂ ਕਿਹਦੇ ਬਾਰੇ ਗੌਸਿਪ ਕਰਦੇ? ਪੂਰੀ ਇੰਡਸਟਰੀ ਚੋਂ ਮਨੀਸ਼ ਸਾਨੀ। ਦੱਸੋਗੇ ਥੋੜਾ, ਤੁਹਾਡੇ ਫਰੈਂਡ ਨੇ ਕੌਣ? ਡਿਸਟ੍ਰੀਬਿਊਟਰ ਹੈ ਆਪਣੀ ਇੰਡਸਟਰੀ ਦੇ, ਕਾਫੀ ਫੇਮਸ। ਅੱਛਾ, ਤੇ ਗੌਸਿਪ ਕਰਦੇ ਹੋ ਉਹਨਾਂ ਦੇ ਬਾਰੇ? ਹਾਂਜੀ, ਬਹੁਤ ਕਰਦੇ। ਕੀ ਗੌਸਿਪ ਕਰਦੇ ਵੈਸੇ? ਆ ਸਵਾਲ ਨਹੀਂ, ਮੈਂ ਮੇਰਾ ਜਿੰਨਾ ਤੁਹਾਡਾ ਸਵਾਲ ਸੀ ਆਨਸਰ। ਵਧੀਆ ਵਧੀਆ, ਪੋਜ਼ਿਟਿਵ ਕਰਦੇ ਹੋ, ਨੈਗੇਟਿਵ ਕਰਦੇ ਹੋ, ਕੀ ਕਰਦੇ ਹੋ? ਦੋਨੇ ਤਰੀਕੇ ਦੀਆਂ ਕਰਦੇ ਆ। ਇਹ ਤਾਂ ਦੱਸਣਾ ਪਊਗਾ ਨਾ ਸ਼ਾਰਟ। ਨਹੀਂ ਨਹੀਂ, ਆ ਤਾਂ ਸਭ ਜਿਹੜਾ ਸਵਾਲ ਸੀ ਉਹਦਾ ਆਨਸਰ ਮੈਂ ਦੇਤਾ। ਚਲੋ ਠੀਕ ਹੈ, ਤੁਹਾਡੇ ਅਕੋਰਡਿੰਗ ਇਹੋ ਜਿਹਾ ਕਿਹੜਾ ਆਰਟਿਸਟ ਹੈ ਜਿਹੜਾ ਓਵਰਰੇਟਿਡ ਹੈ? ਓਕੇ। ਜਾਰਡਨ ਸੰਧੂ, ਪਰਮੀਸ਼ ਵਰਮਾ, ਹਿਮਾਂਸ਼ੀ ਖੁਰਾਨਾ, ਹਾਰਡੀ ਸੰਧੂ ਜਾਂ ਸੁਨੰਦਾ ਸ਼ਰਮਾ? ਸੁਨੰਦਾ ਸ਼ਰਮਾ। ਪਰਮੀਸ਼ ਵਰਮਾ। ਕਿਉਂ? ਕਿਉਂਕਿ ਬਾਕੀ ਮੈਨੂੰ ਓਨੇ ਓਵਰਰੇਟਿਡ ਲੱਗਦੇ ਹੀ ਨਹੀਂ ਕਿ ਉਸ ਉਸ
ਉਹਨਾਂ ਨੂੰ ਉਸ ਕੈਟਾਗਰੀ 'ਚ ਲੋਕ ਪਸੰਦ ਕਰਦੇ ਨਾ, ਪਰਮੇਸ਼ ਵਰਮਾ ਨੂੰ ਜਿੰਨਾ ਲੋਕ ਪਸੰਦ ਕਰਦੇ ਮੈਨੂੰ ਲੱਗਦਾ ਕਿ ਹਜੇ ਉਨਾ ਉਹਨੇ ਅਚੀਵ ਨਹੀਂ ਕੀਤਾ, ਤੇ ਥੋੜਾ ਜਿਹਾ ਓਵਰਰੇਟਡ ਲੱਗਦਾ। ਸੁਣ ਲਓ ਪਰਮੇਸ਼ ਜੀ ਕੀ ਕਹਿ ਰਹੇ ਨੇ। ਇੰਡਸਟਰੀ ਦੇ ਵਿੱਚ ਇਹੋ ਜਿਹਾ ਬੰਦਾ ਜਿਹਨੂੰ ਤੁਸੀਂ ਡੇਟ ਕਰਨਾ ਚਾਹੋਗੇ, ਕੋਈ ਵੀ ਬੰਦਾ ਜਾਂ ਬੰਦੀ ਦੋਵੇਂ ਹੋ ਸਕਦੇ ਆ, ਅੱਜ ਕੱਲ ਤਾਂ ਲਾਅ ਵੀ ਪਾਸ ਹੋ ਗਿਆ। ਨਿਰਮਲ ਰਿਸ਼ੀ, ਨਿਰਮਲ ਰਿਸ਼ੀ, ਵਾਹ, ਦੈਟਸ ਸੋ ਨਾਈਸ, ਬੜੇ ਵਧੀਆ ਤਰੀਕੇ ਨਾਲ ਨਿਕਲੇ ਤੁਸੀਂ ਕੁਐਸਚਨ। ਨਹੀਂ ਮੈਨੂੰ ਐਕਚੁਅਲੀ, ਮੈਂ ਜੈਨੂਅਲੀ ਮੈਨੂੰ ਉਹ ਬਹੁਤ ਵਧੀਆ ਲੱਗਦਾ, ਔਰ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਉਹ ਇਸ ਟਾਈਮ 'ਚ ਇਹੋ ਜਿਹੇ ਹੈ, ਉਹ ਆਪਦੇ ਯੰਗ ਏਜ 'ਚ ਕਿਹੋ ਜਿਹੇ ਹੋਣਗੇ, ਮਤਲਬ ਇਸ ਸੋਚ ਨਾਲ ਅਤੇ ਇੰਨੀ ਓਪਨਨੈਸ ਨਾਲ, ਜਿਹੜੀ ਇੰਨੀ ਏਜ 'ਚ ਵੀ ਉਹ ਬੰਦੀ ਹੈ, ਉਹ ਆਪਦੀ ਯੰਗ ਏਜ 'ਚ ਕਿਹੋ ਜਿਹੀ ਹੋਊਗੀ, ਤਾਂ ਨਿਰਮਲ ਰਿਸ਼ੀ ਜੇ ਮੈਨੂੰ ਮੌਕਾ ਮਿਲਦਾ ਤਾਂ। ਤੁਹਾਡਾ ਸਭ ਤੋਂ ਵੱਡਾ ਐਪ ਕੀ ਹੈ? ਮੇਰਾ ਸਭ ਤੋਂ ਵੱਡਾ ਐਪ, ਮੈਂ ਐਕਚੁਅਲੀ ਥੋੜ੍ਹਾ ਜਿਹਾ ਨਾ, ਮੈਨੂੰ ਆਪਣੇ ਲਾਈਫ 'ਚ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਹੈ ਨਾ, ਫੈਮਿਲੀ ਹੋ ਗਈ, ਹੋਰ ਬਹੁਤ ਸਾਰੇ ਆ, ਉਹਨਾਂ ਨੂੰ ਜਿੰਨਾ ਟਾਈਮ ਦੇਣਾ ਚਾਹੀਦਾ ਮੈਂ ਨਹੀਂ ਦਿੰਦਾ, ਮੈਂ ਬਹੁਤ ਕੇਅਰਲੈਸ ਹਾਂ, ਮਤਲਬ ਮੈਨੂੰ ਮੈਨੂੰ ਜਿੱਥੋਂ ਮੀਟ ਦਿਖਦਾ ਹੈ, ਮਤਲਬ ਇਨ ਟਰਮਸ ਆਫ ਰਾਈਟਿੰਗ। ਪਰ ਇਹ ਐਪ ਤਾਂ ਨਹੀਂ ਹੋਇਆ? ਐਪ ਵੀ ਹੋਇਆ ਨਾ, ਕਿ ਜੇ ਤੁਸੀਂ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਟਾਈਮ ਦੇਣਾ ਹੈ ਜਾਂ ਬਾਕੀ ਚੀਜ਼ਾਂ ਨੂੰ ਟਾਈਮ ਦੇਣਾ, ਤੁਸੀਂ ਉਹ ਸਭ ਚੀਜ਼ਾਂ ਅਵੋਇਡ ਕਰਦੇ ਹੋ। ਈਵਨ ਐਮੀ ਨਾਲ ਮੇਰੀ ਇੰਨੀ ਵਧੀਆ, ਸਾਡੀ ਬਹੁਤ ਵਾਰ ਇਸ ਗੱਲ ਤੋਂ ਲੜਾਈ ਹੁੰਦੀ ਹੈ, ਬਟ ਜਦੋਂ ਮੇਰਾ ਸੁਰ ਕਿਤੇ ਲੱਗਿਆ ਜਾਂ ਮੈਨੂੰ ਕਿਤੋਂ ਹੈ, ਤਾਂ ਮੈਂ ਉਹਨੂੰ ਵੀ ਝੂਠ ਬੋਲਦਾ ਹਾਂ ਕਿ ਨਹੀਂ ਯਾਰ ਮੈਂ ਬਿਜ਼ੀ ਹਾਂ, ਮੈਂ ਕੰਮ ਕਰ ਰਿਹਾ, ਮੈਂ ਇਹ ਵੋ। ਮਤਲਬ ਕਿ ਤੁਸੀਂ ਇੰਪੋਰਟੈਂਟ ਚੀਜ਼ਾਂ ਨੂੰ ਛੱਡ ਕੇ ਆਪਦੇ ਕੰਮ ਨੂੰ, ਇਹ ਤੁਹਾਡਾ ਐਪ ਅਸੀਂ। ਹਾਂ, ਜਦੋਂ ਮੈਨੂੰ ਕਿਤੇ, ਮਤਲਬ ਹੋ ਸਕਦਾ ਮੈਂ ਪੂਰੇ ਦਿਨ 'ਚ ਇੱਕ ਅੱਖਰ ਨਾ ਲਿਖਾਂ, ਬਟ ਜਦੋਂ ਮੈਨੂੰ ਸਵਾਦ ਜਿਹਾ ਆ ਰਿਹਾ ਹੁੰਦਾ ਨਾ, ਫਿਰ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਇਹ ਮੈਨੂੰ ਲੱਗਦਾ ਹੈ ਕਿ ਤੁਹਾਡੇ ਲਈ ਟਿਪੀਕਲ ਹੋ ਸਕਦਾ, ਟਿਪੀਕਲ ਹੈ ਨਾ। ਸਿਮਰਜੀਤ ਸਿੰਘ ਜਾਂ ਵਿਜੇ ਕੁਮਾਰ ਅਰੋੜਾ? ਵਿਜੇ ਕੁਮਾਰ ਅਰੋੜਾ। ਸਿਮਰਜੀਤ ਸਿੰਘ ਕਿਉਂ ਨਹੀਂ? ਸਿਮਰ ਤਾਈ ਨਾਲ ਵਧੀਆ ਮੈਂ ਫਿਲਮਾਂ ਕੀਤੀਆਂ, ਰਿਲੇਸ਼ਨ ਵੀ ਵਧੀਆ, ਬਟ ਵਿਜੇ ਸਰ ਨੇ ਮੈਨੂੰ ਬ੍ਰੇਕ ਦਿੱਤਾ, ਉਹਨਾਂ ਕਰਕੇ ਮੈਂ ਇੰਡਸਟਰੀ 'ਚ, ਮੇਰੀ ਪਹਿਲੀ ਫਿਲਮ ਉਹਨਾਂ ਕਰਕੇ, ਸੋ ਆਲਵੇਜ਼। ਤੇ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਤੁਸੀਂ ਬਿਲਕੁਲ ਸਹੀ ਕਿਹਾ ਸੀ, ਕਿਉਂਕਿ ਤੁਸੀਂ ਹਾਲੇ ਤੱਕ ਦੋ ਹੀ ਸ਼ਾਟ ਕੀਤੇ, ਤੇ ਹੁਣ ਸਾਡੇ ਕੋਲ ਤੁਹਾਡੇ ਲਈ ਇੱਕ ਡੇਅਰ ਹੈ। ਅਸੀਂ ਤੁਹਾਨੂੰ ਨਾਮ ਦੇਵਾਂਗੇ, ਤੁਸੀਂ ਇੱਕ ਬੰਦੇ ਨੂੰ ਕਾਲ ਕਰਕੇ ਅਪ੍ਰੈਲ ਫੂਲ ਬਣਾਉਣਾ ਹੈ, ਕਿਵੇਂ ਉਹ ਤੁਹਾਡਾ ਦਿਮਾਗ ਹੈ, ਠੀਕ ਹੈ? ਸਟੋਰੀ ਮੇਰੀ, ਡਾਇਰੈਕਸ਼ਨ ਤੁਹਾਡੀ, ਠੀਕ ਹੈ? ਸਰਗੁਣ ਮਹਿਤਾ, ਐਮ ਏ ਵਿਰਕ, ਦਿਲਜੀਤ ਦੋਸਾਂਝ, ਗੁਰਨਾਮ ਭੁੱਲਰ। ਆਪਾਂ ਸਰਗੁਣ ਤੋਂ ਟਰਾਈ ਕਰਦੇ ਹਾਂ। ਚਲੋ ਠੀਕ, ਕੀ ਕੀ ਕਹੋਗੇ ਕੀ ਉਹਨਾਂ ਨੂੰ, ਪਹਿਲੇ ਦਰਸ਼ਕਾਂ ਨੂੰ ਦੱਸ ਦਿਓ। ਸਾਡਾ ਸ਼ੂਟ ਸ਼ੁਰੂ ਹੋਣ ਵਾਲਾ ਸੁਰਖੀ ਬਿੰਦੀ ਦਾ, ਹੈ ਨਾ, ਅਤੇ ਮੈਂ ਉਹਨਾਂ ਨੂੰ ਇਹ ਕਹੂੰਗਾ ਵੀ ਫਿਲਮ ਕੈਂਸਲ ਹੋ ਗਈ ਹੈ ਨਾ, ਫਿਲਮ ਬਣ ਨਹੀਂ ਰਹੀ ਹੈ, ਜਾਂ ਉਹਨਾਂ ਨੂੰ ਨਹੀਂ ਲੈ ਰਹੇ, ਅਸੀਂ ਕੋਈ ਦੂਜੀ ਕੁੜੀ ਲੈ ਰਹੇ। ਜੇ ਤੁਸੀਂ ਸਕਸੈਸਫੁਲ ਨਹੀਂ ਹੋਏ ਤਾਂ 5 ਸ਼ਾਟ ਖਿੱਚਣੇ ਪਊਗਾ। ਨਹੀਂ, ਮੈਂ ਇੱਕ ਹੋਰ ਫਿਰ ਕਿਸੇ ਹੋਰ ਨੂੰ ਟਰਾਈ ਕਰ ਸਕਦਾ। ਦੋ ਆਪਸ਼ਨ ਤਾਂ ਹੈ ਹੀ। ਚਲੋ ਠੀਕ ਹੈ, ਤੁਹਾਡੇ ਲਈ ਦੋ ਆਪਸ਼ਨ ਨੇ, ਚੱਕੀ ਤਾਂ ਮੇਰੀ ਕੋਈ ਗਲਤੀ ਨਹੀਂ। ਨਹੀਂ ਚੱਕਿਆ, ਆਪਾਂ ਹੁਣ ਹੋਰ ਕਿਸੇ ਨੂੰ ਟਰਾਈ ਕਰਦੇ। ਗੁਰਨਾਮ ਨੂੰ ਲਾਉਂਦੇ। ਗੁਰਨਾਮ ਨੂੰ ਕੀ ਕਹੋਗੇ? ਆਪਾਂ ਗੁਰਨਾਮ ਨੂੰ ਕਹਾਂਗੇ ਵੀ ਸਰਗੁਣ ਨੇ ਮਨਾ ਕਰਤਾ ਮੂਵੀ ਕਰਨ ਦਾ। ਅੱਛਾ ਠੀਕ ਹੈ। ਹੈਲੋ, ਕੀ ਹਾਲ ਚਾਲ? ਕਿੱਥੇ ਹੈ? ਅੱਛਾ ਯਾਰ, ਉਹ ਮੈਂ ਉਹਦੇ ਨਾਲ ਨਾ ਸਰਗੁਣ ਹੋਰਾਂ ਨੇ ਡੇਟ ਪਾਈ ਹੈ ਨਾ ਬੀਨੂ ਭਾਜੀ ਵਾਲੀ ਫਿਲਮ ਦੀ, ਉਹ ਕਹਿੰਦੇ ਯਾਰ ਅਸੀਂ ਉਹਦਾ ਕੋਈ ਕਹਿੰਦੇ ਸ਼ੂਟ ਸ਼ਾਟ ਹੈ ਉਹਨਾਂ ਦਾ, ਕੋਈ ਬੀਨੂ ਭਾਜੀ ਦੀਆਂ ਡੇਟਾਂ ਦਾ ਇਸ਼ੂ ਹੈ, ਤੇ ਉਹ ਕਹਿੰਦੀ ਫਿਲਮ ਥੋੜਾ ਗਾਂਹ ਕਰ ਲਈਏ ਆਪਾਂ, ਜਾਂ ਕਹਿੰਦੀ ਕੋਈ ਦੂਜੀ ਕੁੜੀ ਦੇਖ ਲਓ ਤੁਸੀਂ। ਤੈਨੂੰ ਕੀ ਲੱਗਦਾ ਗਾਂਹ ਕਰ ਸਕਦੇ ਹਾਂ ਤਾਂ ਆਪਾਂ ਥੋੜਾ ਗਾਂਹ ਕਰ ਲੈਂਦੇ ਹਾਂ ਮਹੀਨਾ ਡੇਢ ਮਹੀਨਾ? ਨਹੀਂ ਯਾਰ, ਗਾਂਹ ਨਹੀਂ ਕਰ ਸਕਦੇ। ਫਿਰ ਆਪਾਂ ਕਿਹਨੂੰ ਲਾਵਾਂਗੇ ਹੁਣ? ਸੋਨਮ ਪੰਕਜ ਬਾਈ ਵਾਲੀ ਫਿਲਮ 'ਚ ਬਿਜ਼ੀ ਹੈ, ਮੈਂ ਪੁੱਛਿਆ ਸੀ ਉਹਨੂੰ ਵੀ। ਹੈਂ, ਤਿੰਨ ਤਰੀਕ ਨੂੰ ਕਹਿੰਦੀ ਆ ਜਾਣਾ ਸੀ ਨਾ। ਆਉਣਾ ਤਾਂ ਹੈ ਪਰ ਉਹਨਾਂ ਦਾ ਸ਼ੂਟ ਹੈ 3 ਨੂੰ। ਯਾਰ ਐ ਲੱਗ ਰਿਹਾ ਬੜੇ ਸ਼ੋਰ ਸ਼ਟ ਦੇ ਰਹੇ ਹੋ। ਅੱਛਾ, ਹੁਣ ਕੀ ਕਰੀਏ? ਹੁਣ ਉਹਨਾਂ ਨੇ ਫਿਲਮ ਇੱਕੇ ਦਮ ਅਨਾਊਂਸ ਕਰਤੀ, ਪਹਿਲਾਂ ਤਾਂ ਕਹਿੰਦੇ ਸੀ ਫਰਵਰੀ ਮਾਰਚ 'ਚ ਕਰਨਗੇ। ਹਾਂ, ਕਮਿਟਮੈਂਟ ਹੁਣ ਅੱਜ ਕੱਲ੍ਹ ਕੋਈ ਨਹੀਂ ਰੱਖਦਾ ਕਮਿਟਮੈਂਟ, ਤੈਨੂੰ ਪਤਾ ਹੀ ਹੈ। ਚਲੋ ਫਿਰ ਆਪਾਂ ਕੋਈ ਨਵੀਂ ਕੁੜੀ ਲੈ ਲਈਏ। ਸੋਨਮ ਹੋ ਨਹੀਂ ਸਕਦੀ ਤੇ ਸਰਗੁਣ ਹੈ ਨਹੀਂ, ਹੁਣ ਹੋਰ ਚੱਲ ਸੇਮੀ ਨਾਲ ਗੱਲ ਕਰਦੇ। ਚੱਲ ਅਪ੍ਰੈਲ ਫੂਲ ਬਣਾਉਂਦਾ ਸੀ ਮੈਂ ਤੈਨੂੰ।
ਦੱਸ ਦੋ ਕਿੱਥੇ ਬੈਠੇ ਸੀ ਆਪਾਂ ਮੈਂ ਇੱਥੇ ਇੱਥੇ ਦਾ ਫਿਲਮ ਚ ਇੰਟਰਵਿਊ ਸੀ ਮੇਰਾ ਉੱਥੇ ਮੈਂ ਤੈਨੂੰ ਅਪ੍ਰੈਲ ਫੁੱਲ ਬਣਾਇਆ ਯਾਰ ਓਕੇ ਵੀਰੇ ਓਕੇ ਬਾਏ ਲਓ ਜੀ ਕਰਨਾ ਤੁਹਾਡੇ ਡੇਅਰ ਕੰਪਲੀਟ ਹੋਇਆ ਚਲੋ ਤੇ ਫਿਰ ਤੁਸੀਂ ਜਿੱਤ ਗਏ ਹੋ ਜਿਵੇਂ ਕਿ ਤੁਸੀਂ ਕਿਹਾ ਸੀ ਹੈ ਨਾ ਕਿ ਮੈਂ ਸ਼ਾਟ ਨਹੀਂ ਪੀਵਾਂਗਾ ਤਾਂ ਇੰਨੇ ਸਾਰੇ ਸ਼ਾਟ ਵਿੱਚ ਤੁਸੀਂ ਸਾਰੇ ਬਚਾਏ ਆ ਤੁਸੀਂ ਜਿੱਤ ਗਏ ਹੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੇ ਗੁਰਨਾਮ ਜੀ ਨੂੰ ਕਹਿ ਦਿਓ ਮੈਨੂੰ ਤਾਂ ਲੱਗਦਾ ਰਿਹਾ ਉਹਨੇ ਤਾਂ ਮੈਂ ਦੋ ਚੱਕਰਾਂ 'ਚ ਫਸ ਗਿਆ ਉਹਦਾ ਅਪ੍ਰੈਲ ਫੁੱਲ ਮਨਾਇਆ ਤੇ ਤਾਨਿਆ ਤੇ ਉਹਦੇ 'ਚ ਮੈਂ ਉਹਨੂੰ ਚੂਜ਼ ਨਹੀਂ ਕੀਤਾ ਥੈਂਕ ਯੂ ਸੋ ਮਚ ਅਸੀਂ ਤੁਹਾਡੇ ਨਾਲ ਅਗਲੀ ਵਾਰੀ ਮਿਲਾਂਗੇ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ Thank you.